ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਰਦੇ ਕਿਰਪਾ ਹੋਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਓਏ ਖੁੰਡਾ ਰਮਰ ਠੀਕ ਆ, ਤੂੰ ਵੀ ਮਾਰ ਜੁੱਤ ਕਹਿੰਦਾ ਜੀ। ਹਾਂਜੀ ਖੜੀ ਬਈ, ਤੁਹਾਡੀ ਮਾਂ ਦੀ ਮਾਰੀ ਤੁਹਾਡੀ ਦੀ ਉਹੀ ਚੱਲੂਗਾ। ਬਹੁਤ ਆ ਬਹੁਤ, ਹੋਰ ਵੀ ਕੁੱਟਣਾ ਲੋਕਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਲਗੀਧਰ ਪਿਤਾ ਜੀ ਦੀ ਰਹਿਮਤ ਸਦਕਾ ਮੁਕਤਸਰ ਸਾਹਿਬ, ਟੂਟੀ ਗੰਢ ਨਿਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੀ। ਐਸੇ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਚਰਨ ਛੋ ਮੁਬਾਰਕ ਪਾਵਨ ਅਸਥਾਨ ਖਦਰਾਣੇ ਦੀ ਢਾਬ ਮੁਕਤਸਰ ਸਾਹਿਬ, ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦੀਦਾਰ ਬਖਸ਼ੇ ਸਿੰਘ ਭਟਿੰਗੀਆਂ ਨੂੰ, ਅਤੇ ਜੋ ਗੁਰਦੁਆਰਾ ਦਾਤਣਸਰ ਸਾਹਿਬ ਹੈ ਜਿੱਥੇ ਗੁਰੂ ਕਲਗੀਧਰ ਪਿਤਾ ਜੀ ਟਿੱਬੀ ਸਾਹਿਬ ਤੋਂ ਚੱਲ ਦਾਤਣ ਕੁਰਲਾ ਸੌਚ ਕਿਰਿਆ ਕਰਨ ਵਾਸਤੇ ਇੱਧਰ ਨੂੰ ਮਹਾਰਾਜ ਪਹੁੰਚੇ। ਇੱਥੇ ਇੱਕ ਸੂਬੇਦਾਰ ਸਰਹੰਦ ਦੇ ਦਾ ਭੇਜਿਆ ਹੋਇਆ ਸੂਈ ਆ ਨੂਰਦੀਨ, ਉਹ ਗੁਰਸਿੱਖਾਂ ਦੇ ਭੇਸ ਵਿੱਚ ਮਹਾਰਾਜ ਗੁਰੂ ਕਲਗੀਧਰ ਪਿਤਾ ਜੀ 'ਤੇ ਘਾਤ ਲਾ ਕੇ ਉਹਨੇ ਵਾਰ ਕੀਤਾ, ਅਤੇ ਮਹਾਰਾਜ ਗੁਰੂ ਕਲਗੀਧਰ ਪਿਤਾ ਜੀ ਨੇ ਗੜਬਾ ਮਾਰ ਕੇ ਜੋ ਜਲ ਦਾ ਭਰਿਆ ਸੀ ਉਹਨੂੰ ਚਿੱਤ ਕਰ ਦਿੱਤਾ, ਅਤੇ ਗੁਰੂ ਕੇ ਸਿੱਖਾਂ ਨੇ ਫਿਰ ਉਸ ਨੂੰ ਇੱਥੇ ਦੱਬਿਆ ਜੋ ਮੁਸਲਮਾਨ ਦੀ ਰੋਹ ਰੀਤੀ ਮਰਿਆਦਾ ਉਸ ਮੁਤਾਬਕ। ਅਤੇ ਜਦੋਂ ਗੁਰੂ ਕੇ ਸਿੱਖਾਂ ਨੇ ਉਹਨੂੰ ਦੱਬਿਆ, ਨਾਲ ਨਾਲ ਉਹਦੇ ਸਿਰ 'ਚ ਜੁੱਤੀਆਂ ਮਾਰੀਆਂ, ਕਹਿੰਦਾ ਮਾਰੋ ਇਸ ਦੁਸ਼ਟ ਦੇ ਨੇ ਗੁਰੂ ਕਲਗੀਧਰ ਪਿਤਾ ਜੀ 'ਤੇ ਵਾਰ ਕੀਤਾ ਇਸ ਨੇ, ਇਹਨੇ ਗੁਰੂ ਕਲਗੀਧਰ ਪਿਤਾ ਜੀ 'ਤੇ ਵਾਰ ਕੀਤਾ, ਇਹਨੇ ਘਾਤ ਲਾ ਕੇ ਵਾਰ ਕੀਤਾ, ਇਹਨੇ ਇਸ ਵਾਸਤੇ ਜੁੱਤੀਆਂ ਮਾਰੋ। ਉਦੋਂ ਤੋਂ ਲੈ ਕੇ ਗੁਰੂ ਦਾ ਪੰਥ ਐਸਾ ਖੋਰੀ ਪੰਥ ਹੈ ਇਹ, ਗੁਰੂ ਕੇ ਪੰਥ ਨੇ ਉਦੋਂ ਤੋਂ ਲੈ ਕੇ ਫਤਿਹ ਕਰ ਸੀਗਾ, ਉਦੋਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਿਤਾ ਜੀ ਦਾ ਪੰਥ ਅੱਜ ਤੱਕ ਇਸ ਦੁਸ਼ਟ ਦੇ ਜੁੱਤੀਆਂ ਮਾਰਦਾ। ਜਿਹੜਾ ਮੁਕਤਸਰ ਸਾਹਿਬ ਗੁਰੂ ਕਾ ਪੰਥੀ ਦਰਸ਼ਨ ਕਰਨ ਆਉਂਦਾ ਉਹ ਇੱਥੇ ਜੁੱਤੀਆਂ ਜ਼ਰੂਰ ਮਾਰ ਕੇ ਜਾਂਦਾ ਕਬਰ 'ਤੇ, ਮਤਾਂ ਕੋਈ ਸੋਚੇ ਇਹ ਮਨਮਤ ਹੈ, ਮਨਮਤ ਨਹੀਂ ਹੈ ਇਹ। ਗੁਰੂ ਕਲਗੀਧਰ ਪਿਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੰਦੂ ਨੂੰ ਆਖਿਆ, ਕਹਿੰਦੇ ਚੰਦੂ ਤੂੰ ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ, ਚੇਤੇ ਰੱਖੀ, ਤੈਨੂੰ ਤਕੜਾਈ ਕਰਨ ਦਾ ਹੁਕਮ ਦਿੰਦੇ ਹੈ, ਜੇਤ ਕਿਤਬ 'ਤੇ ਹਵਾ ਤਕੜਾਈ ਕਰ ਰੱਖੋ ਬਹੁ ਚਿਤੋਂ ਉਪਾਈ। ਪਾਤਸ਼ਾਹ ਕਹਿੰਦੇ ਜਿੰਨੀ ਤਕੜਾਈ ਹੁੰਦੀ ਹੈ ਓਨੀ ਕੁ ਤਕੜਾਈ ਉਪਾ ਚਿਤਵ ਚਿਤਵ ਕੇ ਕਰ ਲਾ, ਬਚਹਿ ਨਾ ਤਾਪ ਦੋਹੇ ਸੁਰਪਤ ਰਖਵਾਰੋ, ਅਪਰਨ ਕੀ ਗਿਣਤੀ ਕਿਆ ਧਾਰੋ। ਪਾਤਸ਼ਾਹ ਕਹਿੰਦੇ 33 ਕਰੋੜ ਦੇਵੀ ਦੇਵਤੇ ਦਾ ਮੁਖੀ ਇੰਦਰ ਉਹਨੂੰ ਆਪਣੀ ਰਖਵਾਲੀ 'ਤੇ ਖੜਾ ਕਰ ਲਈ ਤਾਂ ਵੀ ਨਹੀਂ ਬਚੇਗਾ, ਹੋਰਾਂ ਦੀ ਤਾਂ ਗਿਣਤੀ ਗੱਲਬਾਤ ਹੀ ਕੀ ਹੈ।
ਐਦਾਂ ਫਿਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕੂਕਰ ਗੈਲ ਭੌਂਕ ਦੋ ਤਾਬਦ ਫਤਿਹ ਨਾ ਦੰਡ ਪ੍ਰਚੰਡਾ ਹੈ ਯਾਦ ਤੈਨੂੰ ਕੁੱਤੇ ਦੀ ਮੌਤ ਮਾਰਾਂਗੇ। ਕੁੱਤੇ ਦੀ ਮੌਤ ਮਾਰਿਆ ਸੀ ਉਸ ਨੂੰ। ਇਹ ਉਹੀ ਗੁਰੂ ਕਾ ਪੰਥ ਹੈ ਗੁਰੂ ਪਾਤਸ਼ਾਹ ਜੀ ਦਾ ਜੋ ਆਪਣੇ ਪਾਤਸ਼ਾਹਾਂ ਦੇ ਨਕਸ਼ ਇਹ ਕਦਮਾਂ 'ਤੇ ਚੱਲਦਾ। ਜਿਹੜਾ ਗੁਰੂ ਪਾਤਸ਼ਾਹ ਜੀ ਨੂੰ ਕਿਸੇ ਪ੍ਰਕਾਰ ਦੀ ਮਾੜੀ ਦ੍ਰਿਸ਼ਟੀ ਨਾ, ਕੋਈ ਈਰਖਾ ਦਵੈਖ ਨਾ, ਕੋਈ ਸੱਚੇ ਪਾਤਸ਼ਾਹ ਜੀ ਦੇ ਦਰ ਵੱਲ ਦੇਖਦਾ, ਅਤੇ ਗੁਰੂ ਕਾ ਪੰਥ ਇਹ ਜਿਵੇਂ ਇਸ ਕਬਰ ਦੇ ਨਾਲ ਹਜੇ ਤਾਈਂ ਇਹਦੇ ਨਾਲ ਬੈਰ ਕੱਢ ਰਿਹਾ, ਇਸ ਕਬਰ ਦੇ ਹੱਜ ਤੱਕ ਜੁੱਤੀਆਂ ਮਾਰ ਰਿਹਾ, ਇੱਦਾਂ ਉਹ ਚਾਹੇ ਭਾਈ ਕਿਸੇ ਵੀ ਖੱਲ ਖੂੰਜੇ 'ਚ ਲੁਕ ਜਾਵੇ, ਛੱਪ ਜਾਵੇ, ਦੁਨੀਆ ਦੇ ਕਿਸੇ ਖੂੰਜੇ ਵਿੱਚ ਚਲਾ ਜਾਵੇ, ਉਹਨੂੰ ਗੁਰੂ ਕਾ ਪੰਥ ਨਾ ਮਾਫ਼ ਕਰੇ ਨਾ ਬਖਸ਼ੇ। ਆਹ ਗਵਾਹੀ ਹੈ, ਨਿਸ਼ਾਨੀ ਹੈ, ਇਹ ਉਹ ਗੁਰੂ ਕਾ ਪੰਥ ਹੈ। 300 ਸਾਲ ਪਹਿਲਾਂ ਹੋਈ ਵਾਰ ਤਾਂ ਅੱਜ ਇਹਦੀ ਕਬਰ ਦੇ ਜੁੱਤੀਆਂ ਮਾਰ ਕੇ ਆਪਣਾ ਹਿਰਦਾ ਠੰਡਾ ਕਰਦਾ। ਇਸ ਵਾਸਤੇ ਜਿਹੜਾ ਕੋਈ ਪੰਥ ਦੋਖੀ ਹੈ, ਇਹ ਗੁਰੂ ਕੇ ਪੰਥ ਨੇ ਗ੍ਰੰਥ ਦੋਖੀ ਅਤੇ ਪੰਥ ਦੋਖੀ ਨੂੰ ਬਖਸ਼ਿਆ ਨਹੀਂ, ਆਹ ਅਸਰ ਹੁੰਦਾ ਉਸ ਦਾ, ਆਹ ਅਸਰ। ਸੱਚੇ ਪਾਤਸ਼ਾਹ ਰਹਿਮਤ ਕਰੇ ਭਾਈ, ਇੱਥੇ ਆਉਣ ਵਾਲੇ ਜਿੰਨੇ ਵੀ ਆਉਂਦੇ ਆ, ਇਸ ਦੁਸ਼ਟ ਦੇ ਜੁੱਤੀਆਂ ਮਾਰਨੀਆਂ ਚਾਹੀਦੀਆਂ। ਇਹਨੇ ਗੁਰੂ ਕਲੰਗੀਧਰ ਪਿਤਾ ਜੀ 'ਤੇ ਵਾਰ ਕੀਤਾ, ਘਾਤ ਲਾ ਕੇ ਵਾਰ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।